ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹਾਲ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉਂ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਵਿਲਾਸ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਮਨ ਵਿਲਾਸ ਪਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕਪੜ ਨਦਰੀ ਮੋਖ ਦੁਆਰ ਕਿਆ ਕਥੀ ਕਥੇ ਕਥ ਦੇਖ ਮੈਂ ਕਥਨ ਕਥਨ ਜਾਈ ਜੋ ਤੁਧ ਭਾਵੇ ਸੋਈ ਅੱਖਾਂ ਤਿਲ ਤੇਰੀ ਵਡਿਆ ਤੁਧ ਆਗੇ ਅਰਦਾਸ ਗੁਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇਰ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਪਰਮ ਸਤਿਕਾਰਯੋਗ ਸਾਧ ਸੰਗਤ ਆਪ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰਾਂ ਨੇ ਮਿਹਰ ਕੀਤੀ ਹੈ ਰਹਿਮਤ ਕੀਤੀ ਹੈ ਕਰਮ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਇਸ਼ਨਾਨ ਦੀ ਦਾਤ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਦੇ ਨਿਤਨੇਮ
ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨ ਦਦਾਰੇ, ਸੰਗਤਾਂ ਦੇ ਦਰਸ਼ਨ ਦਦਾਰੇ, ਗੁਰੂ ਕੇ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹਾਂ। ਸਤਿਗੁਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਬਾਬਤ ਸਤਿਗੁਰਾਂ ਦੀ ਬਾਣੀ ਦਾ ਹੁਕਮ ਹੈ, ਅੰਤ ਨ ਪਾਵਤ ਦੇਵ ਸਰਵੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ, ਫੁਨ ਵੇਦ ਬਰੰਚ ਵਿਚਾਰ ਰਿਓ ਹਰ ਜਾਪ ਨ ਛਾਡੋ ਏਕ ਕਰੀ, ਮਥੁਰਾ ਜਨ ਕੋ ਪ੍ਰਭਦੀਨ ਦਾਇਆਲ ਗੈ ਸੰਗਤ ਸਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਧਰੀ, ਜਗ ਦੇ ਤਾਰਕ ਆਪ ਪ੍ਰਤੱਖ ਹਰ, ਸ਼ਾਂਤੀ ਦੇ ਸਮੁੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਤੁਰਕੀ ਬਾਣੀ ਦਾ ਹੁਕਮਨਾਮਾ ਅਬਦ ਵੇਲੇ ਦਾ ਇਲਹਾਨ ਸਾਨੂੰ ਪ੍ਰਾਪਤ ਹੋਇਆ ਹੈ। ਆਓ ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਬਾਣੀ ਸੁਣੀਏ, ਸੁਣ ਕੇ ਵਿਚਾਰੀਏ, ਵਿਚਾਰ ਕੇ ਹਿਰਦੇ ਵਸਾਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਨਾਸਰੀ ਮਹੱਲਾ ਪੰਜਵਾਂ। ਤਨਾਸਰੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਚਮ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੀ। ਧੰਨ ਧੰਨ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ। ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ, ਉਹਦੀ ਨੇਚਰ, ਉਹਦੀ ਕੁਦਰਤ, ਉਹਦੀ ਹੈਬਿਟ ਤੇ ਉਹਦੇ ਗੁਣ, ਉਹਦੀਆਂ ਵਡਿਆਈਆਂ ਦੱਸਦੇ ਹੋਏ ਬਚਨ ਕਰਦੇ ਨੇ, ਔਖੀ ਘੜੀ ਨਾ ਦੇਖਣ ਦੇਈ। ਗੁਰਮੁਖ ਪਿਆਰੇ ਭਾਈ ਪ੍ਰੇਮ ਸਿੰਘ ਜੀ ਪਾਠਾਂ ਦੇ ਬੋਧ ਵਾਲੇ ਹਨ। ਇੱਥੇ ਬਹੁਤ ਹੀ ਭੇਦ ਹੈ ਦੇਈ ਸ਼ਬਦ ਦੇ ਵਿੱਚ। ਆਮ ਕਰਕੇ ਇੱਥੇ ਅਸੀਂ ਬਿੰਦੀ ਲਾ ਦਿੰਦੇ ਹਾਂ ਕਿ ਔਖੀ ਘੜੀ ਨਾ ਦੇਖਣ ਦੇਈ। ਆਪਣੇ ਵੱਲੋਂ ਅਸੀਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਔਖਾ ਸਮਾਂ ਨਾ ਦੇਖਣ ਦੇ। ਪਰ ਉਹ ਦੇਈ ਜਿਹੜਾ ਸ਼ਬਦ ਹੈ, ਜੇ ਈੜੀ ਨੂੰ ਬਿੰਦੀ ਲਾ ਦਿੱਤੀ ਤਾਂ ਉਹ ਫਿਊਚਰ ਟੈਂਸ ਬਣ ਜਾਣਾ, ਆਉਣ ਵਾਲਾ ਸਮਾਂ। ਇੱਕ ਕਾਲ ਦੇ ਨਾਲ ਬਾਣੀ ਜੁੜ ਜਾਏਗੀ ਕਿ ਔਖੀ ਘੜੀ ਨਾ ਦੇਖਣ ਦੇਈ। ਪਿਛਲਾ ਸਮਾਂ ਤੇ ਇਹਦੇ ਨਾਲ ਸੰਬੰਧ ਨਾ ਹੋਇਆ, ਨਾ ਵਰਤਮਾਨ ਸੰਬੰਧ ਹੋਇਆ ਵੀ ਆਉਣ ਵਾਲੇ ਸਮੇਂ ਵਿੱਚ ਮੈਨੂੰ ਔਖੀ ਘੜੀ ਨਾ ਦੇਖਣ ਦੇਈ। ਪਰ ਪਾਠ ਦੇਈ, ਜੇ ਦੇਈ ਪਾਠ ਕਰਾਂਗੇ ਤਾਂ ਤਿੰਨੇ ਕਾਲ ਵਿੱਚ ਆ ਜਾਣੇ, ਲੰਘ ਚੁੱਕਿਆ ਸਮਾਂ, ਵਰਤਮਾਨ ਸਮਾਂ ਤੇ ਆਉਣ ਵਾਲਾ ਸਮਾਂ। ਹੇ ਵਾਹਿਗੁਰੂ, ਤੇਰਾ ਇੱਕ ਸੁਭਾਅ ਹੈ ਜਿਹਨੂੰ ਆਪਾਂ ਸੁਭਾਅ ਕਹਿੰਦੇ ਹਾਂ, ਤੁਸੀਂ ਅੰਗਰੇਜ਼ੀ ਵਾਲੇ ਨੇਚਰ ਕਹਿੰਦੇ ਹੋ ਆਦਤ, ਉਹਨੂੰ ਹਿੰਦੀ ਵਿੱਚ ਬਿਰਦ ਕਹਿੰਦੇ ਨੇ, ਬਿਰਦ ਦੱਦੇ ਨਾਲ। ਜੇ ਦੱਦੇ ਦੀ ਜਗ੍ਹਾ ਧੱਦਾ ਲੱਗ ਜਾਵੇ, ਬਿਰਧ ਹੋ ਜਾਵੇ ਤਾਂ ਬੁਢਾਪਾ, ਬੁਢਾਪਣ ਹੁੰਦਾ ਬਿਰਧ। ਪਾਠ ਹੈ ਦੱਦੇ ਨਾਲ ਬਿਰਧ, ਬਿਰਧ ਦਾ ਹਿੰਦੀ ਵਿੱਚ ਅਰਥ ਹੈ ਸੁਭਾਅ, ਕਿਸੇ ਦੀ ਆਦਤ। ਜਿਹੋ ਜਿਹਾ ਕੋਈ ਸੁਭਾਅ ਕਿਸੇ ਦਾ ਹੁੰਦਾ ਹੈ, ਉਹੋ ਜਿਹਾ ਹੀ ਵਰਤਾਅ ਕਰਦਾ ਹੁੰਦਾ। ਆਪਣੀ ਨੇਚਰ ਦੇ ਆਦਤ ਦੇ ਅਧੀਨ ਹੀ ਮਨੁੱਖ ਕੰਮ ਕਰਦਾ। ਜਿਨ੍ਹਾਂ ਦੀ ਨੇਚਰ ਸੁਭਾਅ ਵੱਜ ਗਿਆ ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਨਗੇ, ਜਿਨ੍ਹਾਂ ਦਾ ਸੁਭਾਅ ਆਲਸ ਦਾ ਉਹ ਨਹੀਂ ਉੱਠ ਸਕਣਗੇ। ਜਿਨ੍ਹਾਂ ਦੀ ਨੇਚਰ ਸੁਭਾਅ ਬਣ ਗਈ ਹੈ, ਅੰਮ੍ਰਿਤ ਵੇਲੇ ਗੁਰੂ ਘਰ ਆਉਣਗੇ। ਨਹੀਂ ਸੁਭਾਅ ਬਣਿਆ, ਨਹੀਂ ਆਦਤ ਪਈ ਗੁਰਸਿੱਖ ਪਿਆਰਿਓ, ਕੋਲੇ ਭਾਵੇਂ ਦਰਬਾਰ ਹੋਵੇ ਨਹੀਂ ਜਾ ਸਕਦੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਸੁਭਾਅ ਹੈ ਬਿਰਧ, ਉਹਦੀ ਆਦਤ ਹੈ ਕਿਹੜਾ ਕਿ ਔਖੀ ਘੜੀ ਨਾ ਦੇਖਣ ਦੇਈ। ਦੇਈ ਪਾਠ ਤਿੰਨੇ ਕਾਲ,
ਉਹ ਵਾਹਿਗੁਰੂ ਦਾ ਸੁਭਾਅ ਐਸਾ ਹੈ ਉਹ ਆਪਣੇ ਸੇਵਕਾਂ ਨੂੰ ਮੁਸ਼ਕਲ ਨਹੀਂ ਆਉਣ ਦਿੰਦਾ। ਆਪਣੇ ਸੇਵਕਾਂ ਉੱਤੇ ਕਦੇ ਵੀ ਔਖਾ ਸਮਾਂ, ਔਖੀ ਘੜੀ, ਸੰਕਟ ਦਾ ਸਮਾਂ, ਬੰਧਨ ਦਾ ਸਮਾਂ, ਉਹਦਾ ਤਿੰਨੇ ਕਾਲ ਸੁਭਾਅ ਇਹ ਹੈ ਔਖੀ ਘੜੀ ਨਾ ਦੇਖਣ ਦੇਈ ਸਦਾ ਹੀ। ਇਹ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਨਾ ਸਾਨੂੰ ਔਖੀ ਘੜੀ ਦੇਖਣ ਦੇਈ, ਉਹਦਾ ਸੁਭਾਅ ਹੈ ਤੇ ਸੁਭਾਅ ਨੂੰ ਤੁਸੀਂ ਜਾਣਦੇ ਹੋ। ਜੋ ਸੁਭਾਅ ਹੈ ਕਿਸੇ ਦਾ ਉਹ ਕੱਲ ਵੀ ਉਹੀ ਸੀ, ਅੱਜ ਵੀ ਉਹੀ ਹੈ ਤੇ ਕੱਲ ਨੂੰ ਵੀ ਉਹੀ ਹੋਵੇਗਾ, ਤਿੰਨੇ ਕਾਲਾਂ ਵਿੱਚ ਉਹੀ ਰਹੇਗਾ। ਇਸੇ ਤਰ੍ਹਾਂ ਵਾਹਿਗੁਰੂ ਦਾ ਸੁਭਾਅ ਹੈ, ਉਹਦੀ ਆਦਤ ਹੈ ਕਿ ਆਪਣੇ ਸੇਵਕਾਂ ਨੂੰ ਸੰਕਟ ਵਿੱਚ ਨਹੀਂ ਪੈਣ ਦਿੰਦਾ, ਔਖਾ ਸਮਾਂ ਨਹੀਂ ਆਉਣ ਦਿੰਦਾ ਉਹਨਾਂ ਤੇ, ਔਖੀ ਘੜੀ ਨਾ ਦੇਖਣ ਦੇਈ। ਇਹ ਸਤਿਗੁਰ ਪਾਤਸ਼ਾਹ ਹੁਣ ਅਕਾਲ ਪੁਰਖ ਦੀ ਕਰਮ ਬਖਸ਼ਿਸ਼ ਉਹਦਾ ਸੁਭਾਅ ਸਾਨੂੰ ਦੱਸਦੇ ਨੇ। ਵਾਹਿਗੁਰੂ ਤੇਰਾ ਸੁਭਾਅ ਹੈ ਕਿ ਤੂੰ ਆਪਣੇ ਸੇਵਕਾਂ ਨੂੰ ਔਖੀ ਘੜੀ, ਔਖਾ ਸਮਾਂ ਦੇਖਣੇ ਨਹੀਂ ਦਿੰਦਾ। ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਔਖੀ ਘੜੀ ਕਿਉਂ ਨੀ ਦੇਖਣ ਦਿੰਦਾ? ਵੀ ਸਮੇਂ ਤਾਂ ਸਭ ਤੇ ਆਉਣਾ ਹੀ ਹੈ ਔਖੇ ਸਖਾਲੇ, ਪਰ ਉਹ ਕੀ ਕਰਦਾ? ਹਾਥ ਦੇ ਰਾਖੇ ਆਪਣੇ ਕੋ, ਜਿਹੜੇ ਉਹਦੇ ਬਣ ਜਾਂਦੇ ਹਨ, ਜਿਹੜੇ ਵਾਹਿਗੁਰੂ ਨੂੰ ਆਪਣਾ ਸਮਝਦੇ ਹਨ, ਜੁੜ ਗਏ ਹਨ ਆਪਣੇ ਕੋ। ਅਸੀਂ ਮੰਗਦੇ ਤਾਂ ਸਭ ਕੁਝ ਹੈ ਸਤਿਗੁਰਾਂ ਤੋਂ, ਪਰ ਸਤਿਗੁਰਾਂ ਨੂੰ ਆਪਣਾ ਬਣਾਇਆ ਹੀ ਨਹੀਂ। ਜੋ ਮੰਗ ਹੈ ਠਾਕੁਰ ਆਪਣੇ ਤੇ, ਦੇਖੋ ਸਾਫ ਕਿਹਾ, ਜਿਸ ਖਸਮ ਮਾਲਕ ਤੋਂ ਕੁਝ ਮੰਗਣਾ ਹੈ ਪਹਿਲਾਂ ਆਪਣਾ ਤਾਂ ਬਣਾਓ। ਤੁਹਾਡੇ ਬੱਚੇ ਨੇ ਤੁਹਾਤੋਂ ਆ ਕੇ ਫੀਸਾਂ ਮੰਗਦੇ ਨੇ, ਕੋਟ ਜਰਸੀਆਂ, ਆਪਣੇ ਲਾਈਫ ਦੇ ਐਕਸਪੈਂਸਿਸ ਨੇ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਦੀਆਂ, ਆਪਣੇ ਮਾਂ ਬਾਪ ਤੋਂ, ਕੋਈ ਗੁਆਂਢੀ ਦੇ ਬਾਪੂ ਤੋਂ ਜਾ ਕੇ ਮੰਗਦਾ ਵੇਖਿਆ? ਨਾ ਉਹ ਦਵੇ, ਮੰਗਣ ਵੀ ਜਾਵੇ ਤਾਂ ਵੀ ਨਹੀਂ ਦਿੰਦਾ। ਸੋ ਜੇ ਚੀਜ਼ ਲੈਣੀ ਹੈ ਉਹ ਤੋਂ ਲਓ ਜਿਹਨੂੰ ਤੁਸੀਂ ਆਪਣਾ ਬਣਾਇਆ, ਉਹੀ ਖੁਸ਼ੀ ਖੁਸ਼ੀ ਦੇਵੇਗਾ। ਬਗਾਨੇ ਤੋਂ ਮੰਗ ਵੀ ਲਿਆ ਤਾਂ ਮਹਾਰਾਜ ਬਚਨ ਕਰਦੇ ਨੇ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਜਿਹੜਾ ਆਪਣਾ ਹੀ ਨਹੀਂ ਬਣਾਇਆ, ਕਿਸੇ ਹੋਰ ਤੋਂ ਜਾ ਕੇ ਮੰਗਦਾ, ਫਿਰ ਤਾਂ ਸ਼ਰਮ ਨਾਲ ਮਰਨਾ ਹੀ ਪੈਂਦਾ। ਭਾਈ ਉਹਨੇ ਜਵਾਬ ਦੇ ਦੇਣੇ, ਤੈਨੂੰ ਉੱਥੋਂ ਮੁੜਨਾ ਔਖਾ ਹੋ ਜਾਣਾ। ਪਰ ਜਿਹੜਾ ਆਪਣਾ ਬਣਾ ਲਿਆ ਤਾਂ ਉਹ ਜੋ ਜੋ ਮੰਗੋ ਦਿੰਦਾ ਹੈ, ਪਰ ਠਾਕਰ ਆਪਣੇ ਤੇ। ਪਹਿਲਾਂ ਵਾਹਿਗੁਰੂ ਨੂੰ ਆਪਣਾ ਬਣਾਓ, ਉਹਦੇ ਨਾਲ ਜੁੜੋ, ਫਿਰ ਮੰਗਣ ਦਾ ਹੱਕ ਹੈ ਗੁਰਸਿੱਖ ਪਿਆਰਿਓ। ਉਹ ਵਾਹਿਗੁਰੂ ਦਾ ਕੀ ਸੁਭਾਅ ਹੈ? ਹੱਥ ਦੇ ਰੱਖੇ ਆਪਣੇ ਕੋ, ਜਿਹੜੇ ਉਹਦੇ ਬਣ ਜਾਂਦੇ ਨੇ, ਜਿਹੜੇ ਜੁੜ ਜਾਂਦੇ ਨੇ ਉਹਨਾਂ ਨੂੰ ਫਿਰ ਹੱਥ ਦੇ ਕੇ ਰੱਖਣਾ, ਭਾਵ ਚੌਵੀ ਘੰਟੇ ਸਹਾਈ ਹੋਣਾ। ਆਪਾਂ ਅਰਦਾਸਾਂ ਕਰਦੇ ਹਾਂ, ਸਤਿਗੁਰ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਜਾਂ ਕੋਈ ਟ੍ਰੈਜਡੀ ਤੋਂ ਬਚ ਜਾਵੇ ਉਦੋਂ ਬਚਨ ਕਰਾਂਗੇ, ਵਾਹਿਗੁਰੂ ਤੂੰ ਇਹਨੂੰ ਹੱਥ ਦੇ ਕੇ ਰੱਖਿਆ। ਹੱਥ ਦੇ ਕੇ ਰੱਖਣ ਦਾ ਭਾਵ ਹੁੰਦਾ ਆਸਰਾ ਦੇਣਾ, ਓਟ ਦੇ ਦੇਣੀ, ਕਿਸੇ ਸੰਕਟ ਤੋਂ ਬਚਾ ਲੈਣਾ, ਉਹਨੂੰ ਹੱਥ ਦੇ ਕੇ ਰੱਖਣਾ ਮੁਹਾਵਰਾ ਹੈ। ਹੱਥ ਦੇ ਰੱਖੇ ਆਪਣੇ ਕੋ, ਤੇ ਕਿੰਨਾ ਕੁ ਚਿਰ ਰੱਖਦਾ ਪ੍ਰੇਮੀਓ? ਸਵਾਸ ਸਾਸ ਪ੍ਰਤ ਪਾਲ, ਇੱਕ ਇੱਕ ਸਵਾਸ, ਜਿੰਨੇ ਸਵਾਸ ਤੈਨੂੰ ਆਉਂਦੇ ਨੇ, ਸਵਾਸ ਸਵਾਸ, ਇਹ ਨਹੀਂ ਕਿ ਦਿਨ ਚ ਇੱਕ ਦੋ ਵਾਰ, ਮਹੀਨੇ ਬਾਅਦ, ਨਹੀਂ ਨਹੀਂ ਤਾਂ ਸਾਨੂੰ ਭੁਲੇਖਾ ਹੈ ਕਿ ਰਸਤੇ ਚ ਗੱਡੀ ਵੱਜੀ ਤੇ ਮੈਨੂੰ ਰੱਖ ਲਿਆ, ਅੱਜ ਤੂੰ ਮੈਨੂੰ ਰੱਖ ਲਿਆ ਕਵਾਂਗੇ, ਪਰ ਕੱਲ ਤੈਨੂੰ ਕਿਹਨੇ ਰੱਖਿਆ ਸੀ ਭਾਈ? ਤੈਨੂੰ ਤਾਂ ਸਾਸ ਸਾਸ ਰੱਖ ਲਿਆ, ਉਹਦੀ ਰੱਖਿਆ ਕਿਸੇ ਸਮੇਂ ਹੇਠ ਪਾਬੰਦ ਨਹੀਂ ਹੈ ਕਿ ਮੈਨੂੰ ਤੂੰ ਦੋ ਘੰਟੇ ਪਹਿਲਾਂ ਰੱਖਿਆ, ਹੁਣ ਮੈਨੂੰ ਬਚਾ ਲਿਆ। ਉਹਦੀ ਰੱਖਿਆ ਤਾਂ ਕਿੱਥੋਂ ਸ਼ੁਰੂ ਹੁੰਦੀ ਹੈ? ਦਸ ਮਾਸ ਮਾਤਾ ਉਧਰ ਰੱਖੇ ਲੱਗਣ ਦੇ ਤਨਾ ਸੇਕ, ਉਹ ਤਾਂ ਜਨਮ ਤੋਂ ਪਹਿਲਾਂ ਤੇਰੀ ਰੱਖਿਆ ਕਰੇ, ਤੈਨੂੰ ਭਰੋਸਾ ਹੀ ਨਹੀਂ ਆਇਆ। ਉਹ ਤਾਂ ਮਾਤਾ ਦੇ ਉਧਰ ਵਿੱਚ ਦਸ ਮਾਸ ਪੁੱਠੇ ਲਟਕਦੇ ਦੀ ਰੱਖਿਆ ਕੀਤੀ,
ਉਥੇ ਆਹਾਰ ਪਹੁੰਚਾਇਆ ਤੈਨੂੰ ਜਿੱਥੇ ਕੋਈ ਸਾਧਨੇ ਨਹੀਂ ਸੀ। ਉਸੇ ਨੂੰ ਬਾਣੀ ਨੇ ਆਖਿਆ ਜਬ ਕਸ ਨਾ ਸੀਓ ਤਬ ਕਿਆ ਕਰਤਾ। ਮਹਾਰਾਜ ਸਵਾਲ ਕਰਦੇ ਜਦ ਤੂੰ ਕੁਝ ਵੀ ਨਹੀਂ ਸੀ, ਹੁਣ ਤਾਂ ਤੂੰ ਓਵੇਂ ਕਰਦਾ, ਮੈਂ ਕਮਾਈ ਕਰਦਾ ਬਈ, ਪੌਂਡ ਕਮਾਉਂਦਾ ਬਈ, ਆਮਦਨ ਕਰਦਾ, ਮੈਂ ਗਰੋਸਰੀ ਖਰੀਦਦਾ, ਸਮਾਨ ਰੋਟੀ ਖਾਂਦਾ। ਪਰ ਮਹਾਰਾਜ ਕਹਿੰਦੇ ਉੱਥੇ ਮਾਤਾ ਦੇ ਪੇਟ ਵਿੱਚ ਦੱਸ ਤੂੰ ਕੀ ਕਰਨ ਜੋਗਾ ਸੀ। ਜਬ ਕਸ ਨਾ ਸੀਓ, ਜਦ ਤੂੰ ਕੁਝ ਵੀ ਨਹੀਂ ਸੀ ਤਬ ਕਿਆ ਕਰਤਾ। ਉੱਥੇ ਦੱਸ ਕਾਹਦੇ ਆਸਰੇ ਜਿਵੇਂ ਤੂੰ, ਨਾ ਹੱਥ ਚੱਲਦੇ ਸੀ, ਨਾ ਅੱਖਾਂ, ਨਾ ਕੋਈ ਸਰੀਰ ਫੰਕਸ਼ਨ ਕਰਦਾ ਸੀ। ਉੱਥੇ ਵੀ ਵਾਹਿਗੁਰੂ ਨੇ ਕਿਰਪਾ ਕੀਤੀ, ਮਾਤਾ ਦੇ ਖੂਨ ਨਾਲ ਹੀ ਤੈਨੂੰ ਜੀਵਤ ਰੱਖਿਆ। ਤਬ ਕਿਆ ਕਰਦਾ, ਹੁਣ ਤੂੰ ਆ ਕੇ ਫੜਾ ਮਾਰਦਾ, ਮੈਂ ਬਹੁਤ ਕੁਝ ਕਰ ਲਿਆ, ਮੈਂ ਬਹੁਤ ਕੁਝ ਕਰਦਾ। ਨਹੀਂ, ਇਸ ਕਰਨ ਦੇ ਪਿੱਛੇ ਉਹ ਸਾਸ ਸਾਸ ਤੈਨੂੰ ਰੱਖਣ ਵਾਲਾ ਵਾਹਿਗੁਰੂ ਹੈ। ਜੇ ਉਹ ਨਾ ਰੱਖਣ ਵਾਲਾ ਹੋਵੇ ਗੁਰਮੁਖੋ, ਫਿਰ ਬਾਣੀ ਨੇ ਆਖੇ ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਤੁਹਾਡੇ ਸਾਹਮਣੇ ਹੋਣੇ ਇੰਗਲੈਂਡ ਦੀਆਂ ਵੀ ਦੁਨੀਆਂ ਦੀਆਂ ਮਿਸਾਲਾਂ ਨੇ, ਬੜੇ ਬੜੇ ਕਾਰੋਬਾਰ ਵਾਲੇ ਭਿਖਾਰੀ ਬਣੇ ਹੋਏ ਦੇਖੇ ਨੇ, ਭਿਖਾਰੀ ਫਿਰਦੇ ਅਮੀਰ ਬਣੇ ਹੋਏ ਦੇਖੇ ਨੇ। ਉਹ ਕੀ ਹੈ ਫਿਰ ਗੁਰਸਿੱਖ ਪਿਆਰੇ ਹੋ, ਰਾਜਾ ਤੇ ਭਿਖਾਰੀ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਮੋ ਪੰਡਿਤ ਤੇ ਮੁਗਧਾਰੀ। ਸਾਨੂੰ ਤਾਂ ਵਹਿਮ ਹੋ ਜਾਂਦਾ ਕਿ ਅਸੀਂ ਕੀਤਾ, ਮੈਂ ਕੀਤਾ, ਮੈਂ ਕਰ ਰਹੇ, ਪਰ ਸਾਸ ਸਾਸ ਪ੍ਰਤਪਾਲੇ। ਜੇ ਉਹਦੀ ਪ੍ਰਤਪਾਲਨਾ ਨਾ ਹੋਵੇ, ਜੇ ਉਹਦੀ ਰੱਖਿਆ ਨਾ ਹੋਵੇ, ਤਾਂ ਜੇ ਸਿਉਣਾ ਵੀ ਕੋਲ ਪਿਆ ਹੋਵੇ ਉਹ ਵੀ ਸਵਾਹ ਬਣ ਜਾਂਦੀ ਹੈ। ਸਿਉਣੇ ਨੂੰ ਹੱਥ ਲਾਈਏ, ਪਰ ਜੇ ਉਹਦੀ ਪ੍ਰਤਪਾਲ, ਉਹਦੀ ਕਿਰਪਾ, ਫਿਰ ਸਵਾਹ ਤੋਂ ਵੀ ਸਿਉਣਾ ਬਣ ਸਕਦਾ। ਇਹ ਤਾਂ ਸਵਾਸ ਸਵਾਸ ਉਹਦੀ ਪ੍ਰਤਪਾਲਣਾ ਹੈ। ਸਾਨੂੰ ਇਸ ਮਾਣ ਵਿੱਚੋਂ ਕੱਢਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕਾਂ ਨੂੰ ਸਵਾਸ ਸਵਾਸ ਪ੍ਰਤਪਾਲਦਾ। ਪੰਜਵੇਂ ਪਾਤਸ਼ਾਹ ਨੇ ਆਖੇ ਆਪਣੇ ਸੇਵਕ ਕੀ ਆਪੇ ਰਾਖੇ, ਫਿਰ ਆਪਣਾ ਸ਼ਬਦ ਆਏ, ਆਪੇ ਨਾਮ ਜਪਾਵੇ, ਫਿਰ ਸੇਵਕ ਕੌਣ ਹੋਊਗਾ ਜਿਹਨੂੰ ਨਾਮ ਵੀ ਆਪੇ ਜਪਾਊਗਾ। ਉਹ ਕਿਹੜਾ ਸਾਡੇ ਵੱਸ ਦੀ ਗੱਲ ਹੈ, ਉਹ ਨਾਮ ਆਪੇ ਜਪਾਊਗਾ, ਨਾਮ ਜਪਣ ਵਾਲਿਆਂ ਨੂੰ ਆਪਣੇ ਸੇਵਕ ਦੀ ਪਦਵੀ ਦਊਗਾ। ਤੇ ਜੇ ਜੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਵੇ, ਇੱਕ ਜਗ੍ਹਾ ਨਹੀਂ, ਜਿੱਥੇ ਜਿੱਥੇ ਵੀ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂ ਬਣ ਵਾਲੇ ਕਥਾ ਕਰਦੇ ਸੀ ਮੋਤੀ ਬਾਗ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੇ। ਜਦੋਂ ਇਹ ਸ਼ਬਦ ਆਇਆ ਤਾਂ ਮਹਾਰਾਜਾ ਭੁਪਿੰਦਰ ਸਿੰਘ ਨੇ ਸ਼ੰਕਾ ਕੀਤੀ ਪਟਿਆਲੇ ਵਾਲੇ ਰਾਜੇ ਨੇ, ਕਹਿੰਦਾ ਮਹਾਂਪੁਰਸ਼ੋ, ਉਹ ਰੱਬ ਨੂੰ ਜਾਣ ਦੀ ਕੀ ਲੋੜ ਹੈ ਆਪਣੇ ਸੇਵਕ ਦੇ ਕੰਮ ਕਰਾਉਣ ਵਾਸਤੇ? ਤੁਸੀਂ ਕਹਿੰਦੇ ਤਾਂ ਤਾਂ ਉੱਠ ਧਾਵੇ, ਆਪਣੇ ਸੇਵਕਾਂ ਦੇ ਕੰਮ ਵਿੱਚ ਨੱਠ ਕੇ ਜਾਂਦਾ, ਉਹ ਤਾਂ ਹੁਕਮ ਕਰ ਦੇਵੇ, ਥੋੜੇ ਦੇਵੀ ਦੇਵਤੇ ਸੇਵਕ ਨੇ। ਤੇ ਆਪਣਾ ਉਹਨੇ ਪ੍ਰਮਾਣ ਦਿੱਤਾ, ਕਹਿੰਦਾ ਮਹਾਂਪੁਰਸ਼ੋ, ਮੈਨੂੰ ਹੁਣ ਰਾਜ ਦਿੱਤਾ ਰੱਬ ਨੇ, ਤੇ ਮੈਂ ਆਪਣੇ ਪਿਆਰਿਆਂ ਦੇ ਕੰਮ ਕਿਤੇ ਆਪ ਕਰਨ ਜਾਂਦਾ, ਮੈਂ ਆਪਣੇ ਸੇਵਕਾਂ ਨੂੰ ਭੇਜ ਦਿੰਦਾ, ਟੈਲੀਫੋਨ ਕਰ ਦਿੰਦਾ, ਕੰਮ ਹੋ ਜਾਂਦੇ। ਤੇ ਤੁਸੀਂ ਕਥਾ ਵਿੱਚ ਕਿਹਾ ਕਿ ਜਿੱਥੇ ਸੇਵਕ ਦਾ ਕੰਮ ਹੁੰਦਾ ਵਾਹਿਗੁਰੂ ਨੱਠ ਕੇ ਜਾਂਦਾ, ਉੱਥੇ ਤਹਾਂ ਤਹਾਂ ਉੱਠ ਧਾਵੇ, ਆਪ ਜਾਂਦਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਲ ਸੰਭਾਲੇ, ਹਾਥ ਦੇ ਰੱਖੇ ਆਪਣੇ ਕੋ, ਉਹਨੂੰ ਆਪ ਜਾਣ ਦੀ ਕੀ ਲੋੜ ਹੈ? 101 ਅਖੰਡ ਪਾਠ ਸਾਂਪੜ ਚੱਲ ਰਿਹਾ ਸੀ, ਲੰਮਾ ਸਮਾਂ ਸੀ। ਸੰਤ ਮਹਾਰਾਜ ਕਹਿੰਦੇ ਕੋਈ ਨੀ, ਇਹਦਾ ਜਵਾਬ ਤੈਨੂੰ ਦੇਵਾਂਗੇ, ਇਹਦਾ ਨੀ ਤੂੰ ਸਮਝਣਾ। ਉਹ ਰਾਜਿਆਂ ਦੇ ਬੁੱਤ ਪ੍ਰਸਤ ਹੁੰਦੇ, ਚਿੱਤਰਕਾਰ ਰੱਖੇ ਵੀ ਬੁੱਤ ਬਣਾਉਣ ਵਾਲੇ। ਇੱਕ ਨੂੰ ਬੁਲਾ ਲਿਆ ਸੰਤਾਂ ਨੇ ਗੁਪਤ, ਕਹਿੰਦੇ ਭਾਈ ਕਿਸੇ ਨੂੰ ਦੱਸਣਾ ਨੀ, ਏਦਾਂ ਕਰ, ਚਿੱਟੀ ਰਬੜ ਦਾ ਇੱਕ ਬੱਚਾ ਬਣਾ ਬਹੁਤ ਸੁੰਦਰ, ਤੇ ਬੱਚਾ ਇਹੋ ਜਿਹਾ ਬਣਾਈ ਜਿਹੋ ਜਿਹਾ ਮਹਾਰਾਜਾ ਭੁਪਿੰਦਰ ਸਿੰਘ ਦਾ ਪੁੱਤ ਹੈ ਜਿਹੜਾ ਯਾਦਵਿੰਦਰ ਸਿੰਘ, ਉਹ ਉਦੋਂ ਛੋਟਾ ਜਿਹਾ ਗੋਦੀ ਵਿੱਚ ਹੁੰਦਾ ਸੀ, ਉਹਦੇ ਨਾਂ ਦਾ ਇੱਕ ਸਾਨੂੰ ਬੋਝ ਬਣਾ ਕੇ ਲਿਆ। ਉਹ ਬਚਨ ਮੰਨ ਕੇ ਮਹਾਂਪੁਰਸ਼ਾਂ ਦਾ ਚਿੱਟੇ ਪਲਾਸਟਿਕ ਦਾ ਬਹੁਤ ਸੁੰਦਰ ਬੱਚਾ ਬਣਾ ਕੇ ਲਿਆਇਆ। ਉਦਾਂ ਹੀ ਬਾਹਾਂ ਲਾ ਤੀਆਂ, ਅੱਖ ਕੰਨ ਸਾਰਾ ਕੋਈ ਪਛਾਣੇ ਨਾ, ਦੂਰੋਂ ਪਏ ਨੇ। ਤੇ ਜਦੋਂ ਬਣ ਗਏ ਨਾ,
ਸੰਤ ਮਹਾਰਾਜ ਕਹਿੰਦੇ ਗੁਪਤ ਲੁਕੋ ਕੇ ਜਿੱਥੇ ਅਸੀਂ ਬੈਠਦੇ ਹਾਂ ਮੋਤੀ ਬਾਗ ਵਿੱਚ ਜਿੱਥੇ ਸਾਨੂੰ ਨਮਸਕਾਰ ਕਰਨ ਆਉਂਦਾ ਮਹਾਰਾਜਾ ਭੁਪਿੰਦਰ ਸਿੰਘ ਉੱਥੇ ਸਰੋਵਰ ਬਣਿਆ ਹੋਇਆ ਸੀ ਤਲਾਅ ਹੁਣ ਵੀ ਹੈਗਾ ਮਹਾਰਾਜ ਦੇ ਘੁੰਮਣ ਫਿਰਨ ਵਾਸਤੇ ਉੱਥੇ ਸਾਨੂੰ ਲਿਆ ਦੀ ਸਰੋਵਰ ਦੇ ਕੰਢੇ ਤੇ ਸੰਤ ਮਹਾਰਾਜ ਗਏ ਨਿਤਨੇਮ ਕੀਤਾ ਉਹਨੇ ਗੁਪਤ ਢੱਕ ਕੇ ਲਿਆਂਦਾ ਤੇ ਸੰਤ ਗੋਦੀ ਵਿੱਚ ਲੈ ਕੇ ਪੈ ਗਏ ਬੈਠ ਗਏ ਉਸ ਬੱਚੇ ਨੂੰ ਜਿਹੜਾ ਪੁੱਤ ਸੀ ਉਧਰ ਮਹਾਰਾਜੇ ਦੇ ਆਉਣ ਦਾ ਸਮਾਂ ਹੋ ਗਿਆ ਜਦੋਂ ਮਹਾਰਾਜਾ ਨਮਸਕਾਰ ਕਰਨ ਆਇਆ ਤੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਉਹਨੂੰ ਹੱਥਾਂ ਵਿੱਚ ਲੈ ਕੇ ਖਿਡਾਉਣ ਲੱਗ ਪਏ ਜਿਵੇਂ ਬੱਚੇ ਨੂੰ ਖਿਡਾਈਦਾ ਤੇ ਮਹਾਰਾਜਾ ਭੁਪਿੰਦਰ ਸਿੰਘ ਦੇਖ ਕੇ ਬਹੁਤ ਖੁਸ਼ ਹੋਇਆ ਕਹਿੰਦਾ ਮੇਰਾ ਪੁੱਤ ਕਿੰਨੇ ਕਰਮਾਂ ਵਾਲਾ ਹੈ ਜਿਹਨੂੰ ਅੱਜ ਸੰਤ ਆਪ ਖਿਡਾ ਰਹੇ ਇਹ ਤਾਂ ਕਿਸੇ ਬੱਚੇ ਨੂੰ ਨੇੜੇ ਨਾ ਆਉਣ ਦੇ ਅੱਜ ਗੋਦ ਵਿੱਚ ਲਿਆ ਮੇਰਾ ਪੁੱਤਰ ਇਹ ਤਾਂ ਬਹੁਤ ਬਹੁਤ ਖੁਸ਼ ਹੋਇਆ ਪਰ ਜਦੋਂ ਥੋੜਾ ਜਿਹਾ ਨੇੜੇ ਆਇਆ ਨਾ ਉਹ ਜਿਹੜਾ ਹੱਥ ਵਿੱਚ ਬੱਚਾ ਫੜਿਆ ਸੀ ਡੁਪਲੀ ਗੇਟ ਸੰਤਾਂ ਨੇ ਸਰੋਵਰ ਵਿੱਚ ਭਗਾ ਕੇ ਮਾਰਿਆ ਦਿਖਾ ਕੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਬਸ ਜਦ ਦੇਖਿਆ ਕਿ ਮੇਰਾ ਪੁੱਤ ਤਾਂ ਸੁਮਤ ਗੇਰਤਾ ਸਰੋਵਰ ਵਿੱਚ ਫਿਰ ਵਰਦੀ ਵੀ ਨੀ ਖੋਲੀ ਨਾਲ ਬਾਡੀ ਗਾਰਡ ਸੀ ਕਿਸੇ ਨੂੰ ਨੀ ਕਿਹਾ ਸਣੇ ਕੱਪੜੇ ਛਾਲ ਮਾਰੀ ਕਿ ਸੰਤਾਂ ਪਰ ਮਲ ਮੂਤਰ ਕਰਤਾ ਹੋਣਾ ਗੁੱਸੇ ਵਿੱਚ ਆ ਕੇ ਗੇਰਤਾ ਮੇਰਾ ਤਾਂ ਪੁੱਤ ਮਰ ਜਾਣਾ ਸਣੇ ਹੀ ਕੱਪੜੇ ਚਾਲ ਮਾਰੀ ਤੇ ਜਦੋਂ ਪਾਣੀ ਵਿੱਚੋਂ ਕੱਢਿਆ ਉਹ ਤਾਂ ਰਬੜ ਦਾ ਬਣਾਇਆ ਸੀ ਤੇ ਸੰਤਾਂ ਨੂੰ ਆ ਕੇ ਭੁਪਿੰਦਰ ਸਿੰਘ ਕਹਿੰਦਾ ਮਹਾਰਾਜ ਕਿਹੜੀ ਖੇਡ ਤੁਸੀਂ ਤਾਂ ਮੇਰੀ ਜਾਨ ਹੀ ਕੱਢਤੀ ਸੀ ਵੀ ਮੇਰਾ ਬੱਚਾ ਡੁੱਬ ਜਾਣਾ ਕਹਿੰਦੇ ਖੇਡ ਤਾਂ ਜਿਹੜੀ ਹੋ ਗਈ ਜਿਹੜੀ ਤੂੰ ਬਾਣੀ ਤੇ ਸ਼ੰਕਾ ਕੀਤੀ ਸੀ ਉਹਦਾ ਉੱਤਰ ਮਿਲ ਗਿਆ ਕਿ ਨਹੀਂ ਹੁਣ ਤੇਰਾ ਪੁੱਤ ਜਦੋਂ ਡੁੱਬਣ ਲੱਗਿਆ ਤੈਂ ਆਪਣੇ ਨੌਕਰਾਂ ਨੂੰ ਕਿਉਂ ਨੀ ਕਿਹਾ ਜਾ ਕੇ ਕੱਢੋ ਤੇਰੇ ਆਲੇ ਦੁਆਲੇ ਬਾਡੀ ਗਾਰਡ ਸੀ ਕਿੰਨੇ ਪੁਰਸ਼ੀਏ ਸੀ ਕਿੰਨੇ ਪਹਿਰੇ ਸੀ ਤੂੰ ਆਪ ਕਿਉਂ ਛਾਲ ਮਾਰੀ ਜਿਵੇਂ ਤੂੰ ਆਪ ਛਾਲ ਮਾਰੀ ਹੈ ਨੱਠ ਕੇ ਗਏ ਵਾਹਿਗੁਰੂ ਦੇ ਵੀ ਪਿਆਰੇ ਉਹਦੇ ਪੁੱਤ ਨੇ ਜਿੱਥੇ ਕੰਮ ਪੈਂਦਾ ਆਪੇ ਜਾਂਦਾ ਉਹ ਕਿਸੇ ਨੂੰ ਨੀ ਭੇਜਦਾ ਜਿਵੇਂ ਹੁਣ ਤੇ ਕਿਸੇ ਨੂੰ ਨੀ ਕਿਹਾ ਕੱਢੋ ਮੇਰੇ ਪੁੱਤ ਨੂੰ ਬਚਾਓ ਮੇਰੇ ਪੁੱਤ ਨੂੰ ਸਣੇ ਕੱਪੜੇ ਆਪ ਛਾਲ ਮਾਰੀ ਤੈ ਜੇ ਜੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ ਉਹ ਨੱਠ ਕੇ ਜਾਂਦਾ ਕਿੱਥੇ ਨੀ ਗਿਆ ਪ੍ਰਹਿਲਾਦ ਤੇ ਸੰਕਟ ਆਇਆ ਕੀੜੀ ਬਣ ਕੇ ਤੁਰ ਪਿਆ ਵਾਹਿਗੁਰੂ ਗੁਰਸਿੱਖ ਪਿਆਰਿਆ ਅੱਗ ਦੇ ਉੱਤੇ ਫੁੱਲ ਬਣ ਕੇ ਬੈਠ ਗਿਆ ਵਾਹਿਗੁਰੂ ਕਿੱਥੇ ਕਿੱਥੇ ਨੀ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਕਬੀਰ ਤੇ ਸੰਕਟ ਆਇਆ ਤੇ ਡੁੱਬਣੇ ਨੀ ਦਿੱਤਾ ਮਿਰਗਸ਼ਾਲਾ ਬਣ ਕੇ ਵਿਛਾ ਦਿੱਤੀ ਗੰਗਾ ਦੇ ਉੱਤਰ ਤੈਨੂੰ ਕੌਣ ਡੋਬੂਗਾ ਸਾਸ ਸਾਸ ਪ੍ਰਤ ਪਾਲੇ ਉਹਦੀ ਰੱਖਿਆ ਸਵਾਸ ਸਵਾਸ ਹੈ ਜਿੱਥੇ ਵੀ ਉਹਨੂੰ ਕੋਈ ਯਾਦ ਕਰਦੇ ਉੱਥੇ ਹੀ ਵਾਹਿਗੁਰੂ ਔਖੀ ਘੜੀ ਨਾ ਦੇਖਣ ਦੇਈ ਆਉਣਗੀਆਂ ਔਖੀ ਘੜੀਆਂ ਸੰਕਟ ਦੇ ਸਮੇਂ ਆਏ ਸਗੋਂ ਭਗਤਾਂ ਤੇ ਤਾਂ ਜ਼ਿਆਦੇ ਆਏ ਨੇ ਰੱਬ ਦੇ ਪਿਆਰਿਆਂ ਤੇ ਤਾਂ ਜ਼ਿਆਦੇ ਆਏ ਨੇ ਇੱਥੇ ਵੀ ਤੁਹਾਨੂੰ ਸ਼ੰਕਾ ਪੈ ਜਾਂਦੀ ਹੈ ਇਹ ਜਿਹੜੇ ਨਾਮ ਜਪਦੇ ਔਖੇ ਦੇ ਨੇ ਜਿਹੜੇ ਨਹੀਂ ਜਪਦੇ ਐਨ ਫਿਰਦੇ ਨੇ ਟੱਲੀ ਵਰਗੇ ਬੜੇ ਸੂਟ ਬੂਟ ਕਾਰਾਂ ਚੰਗੀਆਂ ਨੇ ਇਹ ਦੇਖੋ ਇਹ ਵੀ ਜਦੋਂ ਵੀ ਗੁਰਮੁਖ ਪਿਆਰੇ ਵਿਰੋਧ ਤਾਂ ਹੋਣੀ ਹੈ ਤਾਂ ਸੱਚ ਦੀ ਹੋਣੀ ਹੈ ਝੂਠ ਦੀ ਵਿਰੋਧ ਤਾਂ ਕਰਦਾ ਦੇਖਿਆ ਤੁਸੀਂ ਕਿਉਂ ਨੀ ਆਪਾਂ ਝੂਠ ਦੀ ਵਿਰੋਧ ਤਾਂ ਕਰਦੇ ਕਿਉਂਕਿ ਆਪਾਂ ਤਾਂ ਖੁਦ ਝੂਠੇ ਹਾਂ ਝੂਠ ਦੀ ਵਿਰੋਧ ਤਾਂ ਕਾਹਨੂੰ ਕਰਾਂਗੇ ਜਿਹੜਾ ਕੰਮ ਅਸੀਂ ਖੁਦ ਕਰਦੇ ਹਾਂ ਉਹਦੀ ਵਿਰੋਧ ਤਾਂ ਅਸੀਂ ਕਿਉਂ ਕਰਾਂਗੇ ਬਾਈ ਕੰਮ ਤਾਂ ਉਹਦੀ ਵਿਰੋਧ ਤਾਂ ਕਰਾਂਗੇ ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ ਉਹ ਸੱਚ ਸਾਨੂੰ ਚੰਗਾ ਨਹੀਂ ਲੱਗਦਾ ਸਾਚ ਕਹੇ ਤੇ ਛੋਹ ਆਵੇ ਨਿਗੁਰੇ ਕੀ ਗੱਲ ਇਹ ਸੱਚ ਤਾਂ ਬਾਈ ਡੰਗ ਮਾਰਦੇ ਇਸ ਕਰਕੇ ਵਿਰੋਧ ਤਾਂ ਗੁਰੂ ਨਾਨਕ ਨੂੰ ਪਰਾਈਆ ਕਿਉਂ ਕਿਹਾ ਭੂਤਨਾ ਕਿਉਂ ਕਿਹਾ ਬੇਤਾਲਾ ਕਿਉਂ ਕਿਹਾ ਗੁਰੂ ਨਾਨਕ ਸੱਚ ਕਹਿੰਦਾ ਸੀ ਉਹ ਪਖੰਡੀਆਂ ਦੇ ਪਖੰਡ ਦੇੜਦਾ ਸੀ ਗੁਰਮੁਖ ਪਿਆਰੇ ਗੁਰੂ ਅਰਜਨ ਨੂੰ ਤਵੀ ਤੇ ਕਿਉਂ ਬਿਠਾਲਿਆ ਰੇਤ ਕਿਉਂ ਪਾਈ ਕੋਈ ਝੂਠ ਬੋਲਿਆ ਸੀ ਉਹਨਾਂ ਨੇ ਕੋਈ ਚੋਰੀ ਕੀਤੀ ਸੀ ਉਹਨਾਂ ਨੇ ਸੱਚ ਬੋਲਿਆ ਸੀ ਸੱਚ ਦੀ ਮੁਖਾਲਫਤ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਕੀ ਮਾੜਾ ਕੰਮ ਕੀਤਾ ਸੀ ਨੌਵੇਂ ਪਾਤਸ਼ਾਹ ਸੱਚ ਦੇ ਪਿੱਛੇ ਗੁਰਸਿੱਖ ਪਿਆ ਦਸਮ ਪਾਤਸ਼ਾਹ ਨਾਲ 14 ਜੰਗ ਸਰਬੰਸ ਮਾਰਨਾ ਪਿਆ ਇਹ ਕੋਈ ਝੂਠ ਦੀ ਵਿਰੋਧ ਤਾਂ ਨੀ ਔਰੰਗਜ਼ੇਬ ਨੇ ਪਹਾੜੀਆਂ ਨੇ ਕੀਤੀ ਸੱਚ ਦੀ ਵਿਰੋਧ ਤਾਂ ਕੀਤੀ ਜਦ ਵੀ ਵਿਰੋਧ ਤਾਂ ਹੋਣੀ ਹੈ ਸੱਚ ਦੀ ਹੋਣੀ ਹੈ ਕਿਉਂ ਹੋਣੀ ਹੈ ਗੁਰਮੁਖ ਪਿਆਰਿਓ ਬਾਣੀ ਚ ਪੁੱਛ ਲਓ ਕਲਯੁਗ ਦੇ ਤਿੰਨ ਗੁਣ ਲਿਖੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਨੂੰ ਤੁਸੀਂ ਕਲਯੁਗ ਕਹਿੰਦੇ
ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਤਿੰਨ ਕੰਮ ਕਰਨੇ ਆ ਭਾਈ, ਬਾਣੀ ਵਿੱਚ ਲਿਖ ਦਿੱਤਾ, ਜੇ ਕੋ ਸਤ ਕਰੇ ਸੋ ਚੀਜੈ। ਜਿਹੜਾ ਕਲਯੁਗ ਵਿੱਚ ਸੱਚ ਬੋਲੂਗਾ ਘਾਟੇ ਚ ਰਹੂਗਾ। ਵੇਖੋ ਸਤਨਾ, ਵੇਖੋ ਬਾਣੀ, ਇਹਨੂੰ ਸੱਚ ਚੰਗਾ ਹੀ ਨਹੀਂ ਲੱਗਦਾ ਕਲਯੁਗ ਨੂੰ, ਉਹਨੂੰ ਚੀਜੈ ਨਾਸ ਕਰੂਗਾ ਵੀ ਹਟੇ ਸੱਚ ਬੋਲਣ ਤੇ। ਜਿਹੜਾ ਤੁਹਾਡਾ ਗੋਹਾ ਤੁਹਾਡੇ ਵਿਰੁੱਧ ਜਾਊਗਾ ਕਚਹਿਰੀ ਵੀ ਤੁਹਾਨੂੰ ਬੁਰਾ ਹੀ ਲੱਗੂ, ਉਹ ਜਿਹੜਾ ਤੁਹਾਡੇ ਹੱਕ ਜਾਊ ਤੁਹਾਨੂੰ ਚੰਗਾ ਲੱਗੂ। ਇਹ ਸੱਚ ਦਾ ਪਹਿਰਾ ਨਹੀਂ ਹੈ ਕਲਯੁਗ ਵਿੱਚ, ਇਹਨੂੰ ਸੱਚ ਚੰਗਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਜਿਹੜਾ ਸੱਚ ਦੇ ਮਾਰਗ ਤੇ ਚੱਲੂ ਸੋ ਛੀਜੈ ਘਾਟੇ ਵਿੱਚ, ਉਹਦੀ ਵਿਰੋਧਤਾ ਕਰਨਗੇ ਲੋਕ। ਇਹ ਪਹਿਲੀ ਨਿਸ਼ਾਨੀ ਕਲਯੁਗ ਦੀ, ਜੇ ਤੂੰ ਸੱਤ ਕਰੇ ਸੋ ਛੀਜੈ, ਤਪ ਘਰ ਤਪ ਨਾ ਹੋਈ। ਜਿਹੜਾ ਤਪ ਕਰਨ ਲੱਗੂਗਾ ਇਸ ਕਲਯੁਗ ਨੇ ਤਪ ਕਰਨ ਨਹੀਂ ਦੇਣਾ, ਵਿਘਨ ਪਾਊਗਾ। ਇਹਨੂੰ ਤਪੱਸਿਆ ਚੰਗੀ ਨਹੀਂ ਲੱਗਦੀ, ਇਹਨੂੰ ਸਿਮਰਨ ਚੰਗਾ ਨਹੀਂ ਲੱਗਦਾ, ਰੋਕੂਗਾ ਉਹਨੂੰ। ਤੇ ਤੀਜੀ ਨਿਸ਼ਾਨੀ ਹੁਣ ਵੀ ਹੈਗੀ ਗੁਰਸਿੱਖ ਪਿਆਰਿਓ, ਹੁਣ ਵੀ ਸੇਵਾ ਸਿਮਰਨ ਕਰਨ ਵਾਲਿਆਂ ਦੀ ਨੁਕਤਾਚੀਨੀ ਕਰਨਗੇ। ਕਦੇ ਨੁਕਤਾਚੀਨੀ ਨਹੀਂ ਕਰਨਗੇ ਜਿਹੜੇ 24 ਘੰਟੇ ਪੱਬਾਂ ਚ ਬੈਠੇ ਰਹਿੰਦੇ। ਸਤਨਾਮ, ਇਹ ਆ ਗੁਰਦੁਆਰੇ ਦੇ ਗ੍ਰੰਥੀ ਦੀ ਨੁਕਤਾਚੀਨੀ, ਇਹ ਆ ਗੁਰਦੁਆਰੇ ਦੇ ਪ੍ਰਧਾਨ ਦੀ ਨੁਕਤਾਚੀਨੀ, ਇਹ ਆ ਕੋਈ ਢਾਡੀ ਰਾਗੀ ਗਿਆਨੀ ਆ ਗਿਆ ਉਹਦੇ ਪਾਠ ਲੱਗੀ ਪਈ ਹੈ, ਜਿਹੜੇ ਵਿਕਾਰ ਕਰਦੇ ਫਿਰਦੇ 24 ਘੰਟੇ। ਕਿਉਂਕਿ ਬਾਣੀ ਨੇ ਕਹਿਤਾ ਕਲਯੁਗ ਦੀ ਨਿਸ਼ਾਨੀ ਹੈ, ਜੇ ਕੋ ਸਤ ਕਰੇ ਸੋ ਚੀਜੇ, ਤਪ ਘਰ ਤਪ ਨਾ ਹੋਈ। ਉਹਨੇ ਤਪੱਸਿਆ ਰੋਕਣੀ ਹੈ, ਸਿਰੇ ਨਹੀਂ ਪੁੱਜਣ ਦੇਣਾ। ਤੇ ਤੀਜੀ ਨਿਸ਼ਾਨੀ ਕਲਯੁਗ ਦੀ, ਜੇ ਕੋ ਨਾਉ ਲਵੇ ਬਦਨਾਮੀ, ਜੇ ਕੋਈ ਰੱਬ ਦੇ ਨਾਉ ਦੀ ਗੱਲ ਕਰੂਗਾ ਲੋਕ ਉਹਦੀ ਬਦਨਾਮੀ ਕਰਨਗੇ। ਕਰਦੇ ਨੇ ਪੰਜਾਬ ਵਿੱਚ, ਇੰਡੀਆ ਵਿੱਚ ਜਾਓ, ਇੱਥੇ ਵੀ ਹੈਗਾ। ਤਾਂ ਗੁਰਸਿੱਖ ਪਿਆਰੇ, ਜੇ ਪਿੰਡ ਦੇ 4 ਬੰਦੇ ਇਕੱਠੇ ਹੋ ਕੇ ਤੁਰ ਪੈਣ ਨਾ ਵੀ ਖੰਡ ਪਾਠ ਸਾਫ਼ ਕਰਾਉਣਾ, ਚਲੋ ਗ੍ਰਾਹੀ ਕਰ ਲਿਆਈਏ, ਕਰਦੇ ਹੀ ਆਪਾਂ, ਇੱਥੇ ਵੀ ਕਰਦੇ ਤੁਸੀਂ। ਤੇ ਉੱਥੇ ਆਪਣੇ ਚਾਚੇ ਤਾਏ ਪਿੱਪਲਾ ਹੇਠ ਬੈਠੇ ਉਹਨੇ ਮੀਟਿੰਗ ਕਰਨ ਵਾਲੇ, ਬੁੜੇ ਜਿੰਨੇ ਵੀ ਉਹਨੇ, ਜਦ ਉਹ ਗ੍ਰਾਹੀ ਵਾਲੇ ਆਉਣਗੇ ਨਾ, ਆਨ ਸੁੰਨ ਹੋ ਕੇ ਬੈਠ ਜਾਂਦੇ, ਸਾਹ ਵੀ ਨਹੀਂ ਲੈਂਦੇ, ਏਦਾਂ ਬੈਠਣਗੇ ਵੀ ਜਿਉਂਦੇ ਹੀ ਕੋਈ ਨਹੀਂ। ਜਦ ਉਹ ਕੋਲ ਨੂੰ ਲੰਘ ਜਾਣਗੇ ਨਾ ਗ੍ਰਾਹੀ ਕਰਨ ਵਾਲੇ, ਬਸ ਫਿਰ ਉਹਨਾਂ ਦੀ ਸੋਚ ਆਉਣ ਹੁੰਦੀ ਹੈ। ਇੱਕ ਜਿਹੜਾ ਫਿਰ ਕੰਮ ਸ਼ੁਰੂ ਕਰਦਾ, ਵੇਖੋ ਤਰੀਕਾ ਉਹਨਾਂ ਦਾ, ਤਰੀਕਾ ਵੇਖੋ, ਸਿਆਣੇ ਆ ਫਿਰ ਵੀ ਉਮਰ ਅੰਡਾਈ ਹੈ। ਇੱਕ ਬੈਠਾ ਬੈਠਾ ਕਹੂਗਾ ਉਹ ਕਿਹੜੇ ਫਿਰਦੇ, ਨਾਲੇ ਹੁੰਦੇ ਆਪਣੇ ਹੀ ਮੁੰਡੇ ਕੁੜੀ ਹੈ, ਆਪਣੇ ਹੀ ਘਰ ਦੇ ਪੁੱਛਣਗੇ। ਤਰੀਕਾ ਦੇਖੋ, ਗੱਲ ਸ਼ੁਰੂ ਕਰ ਲੈਂਦਾ ਉਹ ਕਿਹੜੇ ਫਿਰਦੇ ਹੈ, ਦੂਆ ਲਾ ਦਿੰਦਾ ਫਲਾਣੇ ਫਲਾਣੇ, ਤੀਆ ਇਹ ਕਿਆ ਕਰਦੇ ਫਿਰਦੇ, ਨਾਲੇ ਪਤਾ ਹੁੰਦੇ ਵੀ ਖੰਡ ਪਾਠ ਕਰਾਉਣ ਹੈ, ਇਹ ਕਿਆ ਕਰਦੇ ਫਿਰਦੇ। ਇੱਕ ਹੋਰ ਦੇ ਦਿੰਦਾ ਜਵਾਬ, ਕਹਿੰਦਾ ਸੁਣਿਆ ਖੰਡ ਪਾਠ ਕਰਾਉਣੇ, ਗ੍ਰਾਹੀ ਕਰਦੇ। ਬਸ ਪੰਜਵਾਂ ਸਰਪੰਚ ਸਿਰੇ ਲਾ ਦਿੰਦਾ, ਕਹਿੰਦਾ ਖੰਡ ਪਾਠ ਕਿਹਨੇ ਕਰਾਉਣਾ, ਚਾਹ ਪੀਣ ਦੇ ਮਾਰੇ ਫਿਰਦੇ। ਕੋ ਸਤਨਾਮ, ਦੇਖੋ ਨੌ ਲੱਭੇ ਬਦਨਾਮੀ, ਭਾਵ ਉਹਨਾਂ ਨੂੰ ਚਾਹ ਨਹੀਂ ਮਿਲਣੀ ਜੇ ਪਿੰਡ ਚ ਖੰਡ ਪਾਠ ਨਾ ਹੋਇਆ, ਮਰ ਜਾਣਗੇ ਭੁੱਖੇ। ਜੇ ਕੋਈ ਧਰਮ ਕਰਮ ਦੇ ਕਾਰ ਤੇ ਚੱਲੂਗਾ ਲੋਕ ਉਹਦੀ ਬਦਨਾਮੀ ਕਰਨਗੇ। ਇਹ ਖਾਣ ਨੂੰ ਫਿਰਦਾ, ਇਹ ਕਿਸੇ ਮਤਲਬ ਨੂੰ ਫਿਰਦਾ, ਐਵੇਂ ਨੀ ਭਾਂਡੇ ਮਾਜਦਾ, ਇਹ ਕਿਸੇ ਕੰਮ ਨੂੰ ਗੁਰਦੁਆਰੇ ਜਾਂਦਾ, ਇਹ ਸਾਡੇ ਵੱਸ ਦੀ ਗੱਲ ਨੀ ਹੈ। 3 ਗੁਣ ਨੇ ਕਲਯੁਗ ਦੇ, ਜੇ ਕੋ ਸਤ ਕਰੇ ਸੋ ਛੀਜੈ, ਸੱਚ ਬੋਲਣ ਵਾਲੇ ਨੂੰ ਇਹ ਕਲਯੁਗ ਪਿੱਛੇ ਰੱਖੂਗਾ, ਅੱਗੇ ਨਹੀਂ ਆਉਣ ਦਊਗਾ, ਕਦੇ ਰੋਕੂਗਾ। ਤਪ ਕਰ ਤਪ ਨਾ ਹੋਈ, ਤਪ ਕਰਨ ਵਾਲਿਆਂ ਵਿੱਚ ਵਿਗੜ ਪਾਊਗਾ, ਸਿਰੇ ਨਹੀਂ ਚੜਨ ਦਊਗਾ। ਜੇ ਕੋ ਨੌ ਲਵੇ ਬਦਨਾਮੀ, ਜੇ ਕੋਈ ਰੱਬ ਦੇ ਨਾਂ ਦੀ ਗੱਲ ਕਰੂ ਇਹ ਬਦਨਾਮੀ ਕਰਾਊਗਾ, ਉਹਦੀ ਬੇਇੱਜ਼ਤੀ ਕਰਾਊਗਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਲ ਕੇ ਲੱਖਣ ਇਹੀ, ਹੋਰ ਨੀ ਕਲਯੁਗ ਕਹਿਣਾ ਕਿਸੇ ਨੂੰ। ਇਹ 3 ਨਿਸ਼ਾਨੀਆਂ ਨੇ ਭਾਈ ਕਲਯੁਗ ਦੀ। ਸ੍ਰੀ ਗੁਰੂ ਨਾਨਕ ਦੇਵ ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ, ਮਹਾਰਾਜ ਤੁਸੀਂ ਕਹਿੰਦੇ ਹੋ ਕਲਯੁਗ ਆ ਗਿਆ, ਸੋਈ ਚੰਦ ਚੜ੍ਹੇ ਸੇ ਤਾਰੇ, ਸਈ ਦਿਨੀਅਰ ਤਪਤ ਰਹੇ, ਸਤ ਧਰਤੀ ਸਭ ਪਵਨ ਝੁਲਾਰੇ, ਜੁਗ ਜੀ ਖੇਲੇ ਸਾਬ ਕੈਸੇ। ਹੇ ਗੁਰੂ ਨਾਨਕ ਦੇਵ, ਉਹੀ ਸੂਰਜ, ਉਹੀ ਚੰਦਰਮਾ, ਉਹੀ ਧਰਤੀ, ਉਹੀ ਪਾਣੀ, ਉਹੀ ਆਕਾਸ਼, ਤੇ ਤੁਸੀਂ ਕਹਿੰਦੇ ਯੁੱਗ ਬਦਲ ਗਿਆ। ਸੂਰਜ ਨੀ ਬਦਲਿਆ, ਚੰਦਰਮਾ ਨੀ ਬਦਲਿਆ, ਧਰਤੀ ਪੌਣ ਪਾਣੀ ਨੀ ਬਦਲਿਆ, ਤੇ ਯੁੱਗ ਕਿਵੇਂ ਬਦਲ ਗਿਆ?
ਜੁਗ ਜੀ ਖੇਲੇ ਤਾਪ ਕੈਸੇ। ਲਓ ਦੇਖੋ ਕਿੰਨਾ ਸਾਦਾ ਜਵਾਬ ਦਿੱਤਾ ਹੈ ਸਤਿਗੁਰ ਨਾਨਕ। ਕਹਿੰਦੇ ਚੰਦਰਮਾ ਸੂਰਜ ਧਰਤੀ ਪੌਣ ਪਾਣੀ ਉਹੀ ਰਹਿਣਗੇ, ਪਰ ਆਖ ਗੁਣਾ ਕੱਲ ਆਈ ਹੈ, ਇਹਨਾਂ ਦੇ ਗੁਣ ਬਦਲ ਜਾਣਗੇ। ਅੱਜ ਕੇ ਆਖੋ ਸਤਨਾਮ, ਇਹਨਾਂ ਦੀ ਤਸੀਰ ਬਦਲ ਜੁਗੀ, ਚੀਜ਼ਾਂ ਉਹੀ ਰਹਿਣਗੀਆਂ। ਉਹ ਆਪਾਂ ਵੀ ਉਹੀ ਹੁੰਦੇ ਹੈ ਜਦ ਪਿਆਰ ਕਰਦੇ ਹਾਂ ਕਿਸੇ ਨਾਲ, ਆਪਾਂ ਉਹੀ ਹੁੰਦੇ ਹਾਂ ਜਦ ਡਾਂਗ ਮਾਰਦੇ ਹਾਂ ਸਿਰ ਵਿੱਚ, ਹੁੰਦੇ ਤਾਂ ਉਹੀ ਹੈ, ਤਸੀਰ ਬਦਲੀ ਵੀ ਹੁੰਦੀ ਹੈ। ਅੱਜ ਕੇ ਆਖੋ ਸਤਨਾਮ, ਕਿੱਥੇ ਪੈਰਾਂ ਨੂੰ ਹੱਥ ਲਾਉਣਾ, ਕਿੱਥੇ ਡਾਂਗ ਮਾਰਨੀ, ਫਿਰ ਤਸੀਰ ਬਦਲੀ ਨਾ ਤੇਰੀ। ਮਾਲਕ ਕਹਿੰਦੇ ਕਲਯੁਗ ਦੀ ਇਹੀ ਨਿਸ਼ਾਨੀ ਹੈ, ਚੀਜ਼ਾਂ ਉਹੀ ਰਹਿਣਗੀਆਂ, ਇਹਨਾਂ ਦੇ ਗੁਣ ਬਦਲ ਜਾਣਗੇ, ਇਹਨਾਂ ਦੀ ਤਸੀਰ ਬਦਲ ਜੂਗੀ। ਹੁਣ ਬਦਲੀ ਵੀ ਹੈ, ਆਪਣੀ ਬਦਲੀ ਵੀ ਹੈ ਗੁਰਸਿੱਖ ਪਿਆਰਿਓ। ਕਿੱਥੇ ਮਾਂ ਬਾਪ ਦੇ ਸਾਹਮਣੇ, ਜਦ ਮੈਂ 57 ਵਿੱਚ ਮੈਟ੍ਰਿਕ ਕੀਤੀ ਹੈ, 60 ਵਿੱਚ ਮੈਂ ਕਾਲਜ ਛੱਡਿਆ, ਤੇ ਮੇਰੇ ਆਣ ਦੇ ਤੁਸੀਂ ਬੈਠੇ ਹੋ। ਜਦ ਆਪਾਂ ਪੜ੍ਹਦੇ ਹੁੰਦੇ ਸੀ, ਬੱਚੇ ਦੀ ਮਜਾਲ ਨਹੀਂ ਸੀ ਕਿ ਮਾਸਟਰ ਦੇ ਮੂੰਹ ਵੱਲ ਵੇਖ ਲਓ, ਵੇਖ ਲਓ, ਵੇਖ ਲਓ, ਵੇਖ ਲਓ, ਵੇਖ ਲਓ, ਵੇਖ ਲਓ, ਵੇਖ ਲਓ।